ਹਫਤਾ 10 ਦਿਨ ਪਹਿਲੇ ਇੱਕ ਪੰਜਾਬੀ ਮੁੰਡਾ ਮਿਲਿਆ ਸੀਗਾ, ਉਹਦਾ ਅਕਾਊਂਟ ਬਲੌਕ ਕਰਤਾ। ਰੀਜ਼ਨ ਕੀ ਸੀ? ਗੁੱਡ ਮਾਰਨਿੰਗ ਸਾਰਿਆਂ ਨੂੰ ਜੀ, ਵੈਲਕਮ ਟੂ ਸਿੱਧੂ ਰੇਂਜ ਵਾਲਾ ਵਲੌਗਸ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਤਾਂ ਵਧੀਆ ਵਾ। ਤੇ ਇੰਦਰ ਹੇਰ ਆ ਗਿਆ ਪਰ ਆਪਾਂ ਘੁੰਮਣ ਨਹੀਂ ਚੱਲੇ। ਅੱਜ ਦੀ ਵੀਡੀਓ ਹੈਗੀ ਆਪਣੀ ਉਬਰ ਈਟ ਬਾਰੇ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਾਂ ਉਬਰ ਈਟ ਤੇ ਵੀਡੀਓ ਬਣਾਉਣੀ ਆ, ਤਾਂ ਸਾਡੇ ਕੋਲੇ ਉਹ ਐਪ ਹੈਗੀ ਆ ਤੇ ਤੇਜਿੰਦਰ ਵੀ ਉਬਰ ਈਟ ਡਰਾਈਵ ਕਰਦਾ ਤੇ ਮੈਂ ਵੀ ਕਦੇ ਕਦੇ ਕਰ ਲੈਣਾ। ਅੱਜ ਆਪਾਂ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਕਿਵੇਂ ਉਬਰ ਈਟ 'ਚ ਰਜਿਸਟਰ ਕਰ ਸਕਦੇ ਹੋ, ਕੀ ਰਿਕੁਆਇਰਮੈਂਟ ਨੇ, ਤੇ ਜੋਬ ਜਦੋਂ ਆਉਂਦੀ ਆ ਕਿਵੇਂ ਜੋਬ ਆਉਂਦੀ ਆ, ਤੇ ਕਿਵੇਂ ਡਿਲੀਵਰ ਕਰਨੀ ਆ, ਕਿੰਨੇ ਕੁ ਪੈਸੇ ਬਣਦੇ ਨੇ, ਤੇ ਸਾਰੀ ਵੀਡੀਓ ਇਹਦੇ ਰਿਲੇਟਡ ਹੀ ਹੋਊਗੀ। ਤੇ ਚਲੋ ਫਿਰ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਤੇ ਮਾਰਦੇ ਹਾਂ ਸੈਲਫ। ਤੇ ਜੀ ਜੇ ਇਹਨੂੰ ਆਪਾਂ ਰਜਿਸਟਰ ਕਰਾਉਣਾ ਤਾਂ ਤਿੰਨ ਤਰੀਕੇ ਨੇ, ਇੱਕ ਕਾਰ, ਇੱਕ ਬਾਈਕ, ਇੱਕ ਸਾਈਕਲ, ਹੈ ਨਾ? ਹਾਂ ਸਾਈਕਲ। ਤੇ ਜੇ ਆਪਾਂ ਪਹਿਲਾਂ ਕਾਰ ਦੀ ਗੱਲ ਕਰ ਲੈਂਦੇ ਹਾਂ ਕਿ ਕਾਰ ਦੀਆਂ ਰਿਕੁਆਇਰਮੈਂਟ ਕੀ ਨੇ। ਕਾਰ ਦੇ ਵਿੱਚ ਇੱਕ ਤਾਂ ਤੁਸੀਂ 18 ਸਾਲ ਤੋਂ ਉੱਪਰ ਹੋਣੇ ਚਾਹੀਦੇ ਹੋ, ਆਸਟ੍ਰੇਲੀਅਨ ਜਾਂ ਓਵਰਸੀਜ਼ ਲਾਇਸੈਂਸ ਹੋਣਾ ਚਾਹੀਦਾ ਨਾ, ਇੰਡੀਅਨ ਲਾਇਸੈਂਸ ਤੇ ਚੱਲਦੀ ਹੈ। ਤੇ ਕਾਰ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਤੇ ਇੰਸ਼ੋਰੈਂਸ 'ਚ ਤੁਹਾਡਾ ਨਾਮ ਹੋਣਾ ਚਾਹੀਦਾ, ਠੀਕ ਹੈ ਨਾ? ਤੇ ਗੱਡੀ ਵੀ ਤੁਹਾਡੇ ਨਾਂ ਤੇ ਹੋਣੀ ਚਾਹੀਦੀ ਹੈ, ਇਹਦਾ ਨਹੀਂ ਨਾ? ਨਹੀਂ ਨਹੀਂ, ਗੱਡੀ ਜਿਹਦੀ ਮਰਜ਼ੀ ਹੋਵੇ, ਤੁਹਾਡਾ ਇੰਸ਼ੋਰੈਂਸ ਦੇ ਵਿੱਚ ਨਾਮ, ਤੁਹਾਡਾ ਇੰਸ਼ੋਰੈਂਸ 'ਚ ਨਾਮ ਹੋਣਾ ਚਾਹੀਦਾ, ਇਹ ਜ਼ਰੂਰੀ ਹੈ ਗੱਡੀ ਜਿਹਦੀ ਮਰਜ਼ੀ ਹੋਵੇ। ਬਾਈਕ 'ਚ ਵੀ ਸੇਮ ਰਿਕੁਆਇਰਮੈਂਟ ਨੇ, ਪਰ ਬਾਈਸਾਈਕਲ 'ਚ ਤੁਹਾਨੂੰ ਲਾਇਸੈਂਸ ਦੀ ਲੋੜ ਨਹੀਂ ਪੈਂਦੀ, ਹੈ ਨਾ? ਹਾਂ, ਉਹ ਆਪਾਂ ਨੂੰ $60 ਰੈਂਟ ਤੇ ਮਿਲ ਜਾਂਦਾ ਵੀਕ ਤੇ। ਅੱਛਾ, $60 ਵੀਕ ਤੇ ਜੀ, ਇਹ ਤੁਸੀਂ ਉਹ ਬੈਟਰੀ ਵਾਲਾ, ਹੈ ਨਾ? ਬੈਟਰੀ ਵਾਲਾ, ਹਾਂ। ਜੇ ਬੈਟਰੀ ਵਾਲਾ ਦੀ ਬਾਈਕ ਸਾਈਕਲ ਲੈਣਾ ਤਾਂ ਉਹ ਵੀ ਤੁਹਾਨੂੰ ਉਬਰ ਈਟ ਵਾਲੇ ਵੀ ਪ੍ਰੋਵਾਈਡ ਕਰਦੇ ਨੇ, ਤੇ ਪ੍ਰਾਈਵੇਟ ਵੀ ਹੈਗੇ ਨੇ, ਮੈਂ ਚੈੱਕ ਕੀਤਾ। ਹਾਂ, ਤਾਂ ਪ੍ਰਾਈਵੇਟ ਵੀ ਮਿਲ ਜਾਂਦੇ ਨੇ। ਤੇ ਤਿੰਨ ਆਪਸ਼ਨ ਨੇ, ਬਾਏ ਕਾਰ, ਬਾਏ ਮੋਟਰਸਾਈਕਲ ਤੇ ਬਾਏ ਸਾਈਕਲ, ਠੀਕ ਹੈ ਜੀ। ਤੇ ਕਾਰ ਦੀਆਂ ਰਿਕੁਆਇਰਮੈਂਟ ਤੇ ਬਾਈਕ ਦੀਆਂ ਰਿਕੁਆਇਰਮੈਂਟ ਜ਼ਿਆਦਾਤਰ ਸੇਮ ਹੀ ਨੇ, ਤੇ ਪੁਸ਼ ਬਾਈਕ ਜਾਂ ਸਾਈਕਲ ਜਿਹਨੂੰ ਕਹਿੰਦੇ ਨੇ ਉਹਦੇ 'ਚ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈਗੀ। ਪਰ ਉਹਦੇ ਵਾਸਤੇ ਤੁਹਾਨੂੰ ਇੱਕ ਵੱਡਾ ਬੈਗ ਲੈਣਾ ਪੈਂਦਾ ਨਾ, ਇਨਸੂਲੇਟਡ ਬੈਗ ਹੁੰਦਾ, ਇਨਸੂਲੇਟਡ ਬੈਗ ਹੁੰਦਾ। ਹਾਂਜੀ, ਇੱਕ ਉਹ ਇਨਸੂਲੇਟਡ ਬੈਗ, ਉਹ ਥੋੜਾ ਜਿਹਾ ਜ਼ਿਆਦਾ ਵੱਡਾ ਹੁੰਦਾ ਜਿਹੜਾ ਬਾਈਕ ਤੇ, ਹੈ ਨਾ, ਪਿੱਛੇ ਪਾ ਕੇ। ਇਹ ਉਬਰ ਹੀ ਪ੍ਰੋਵਾਈਡ ਕਰ ਦਿੰਦੀ ਆ, ਕੇ ਮਾਰਟ ਤੋਂ ਬਿਗਡਬਲ ਜਮ ਵੀ ਮਿਲ ਜਾਂਦੇ ਨੇ। ਕਿੰਨੇ ਕ ਦਾ ਆਉਂਦਾ ਕੋਈ ਆਈਡੀਆ? $30-35 ਦਾ ਹੋਊਗਾ। ਕਿੰਨੇ ਕ ਦਾ ਤਾਂ ਹੋਊਗਾ? ਹਾਂਜੀ, ਤੇ $30-35 ਉਹਦੇ ਲੱਗਦੇ ਨੇ। ਤੇ ਬਾਕੀ ਤੁਹਾਨੂੰ ਦੱਸਤਾ ਕਿ ਜੇ ਤੁਸੀਂ ਸਾਈਕਲ ਬੈਟਰੀ ਵਾਲਾ ਜਾਂ ਹੋਰ ਨਾ ਲੈਣਾ, ਰੈਂਟ ਤੇ ਵੀ ਤਾਂ $100, 80 ਤੋਂ 100 ਐਵਰੇਜ ਹੀ ਲੀਜ਼ ਹੁੰਦੀ ਆ। ਜੇ ਤੁਸੀਂ ਮੈਨੂੰ ਲੱਗਦਾ ਇੱਕ ਮਹੀਨੇ ਲਈ ਲੈਣਾ ਫਿਰ ਥੋੜਾ ਰੈਂਟ ਜ਼ਿਆਦਾ ਹੁੰਦਾ, ਜੇ ਤੁਸੀਂ 3 ਮਹੀਨੇ ਲਈ ਲੈਣਾ ਤਾਂ ਰੈਂਟ ਘੱਟ ਹੁੰਦਾ। 6 ਮਹੀਨੇ ਦੀ ਲੀਜ਼ ਜਿਵੇਂ ਆਪਣੀ ਲੀਜ਼ ਹੁੰਦੀ ਆ, ਠੀਕ ਹੈ ਠੀਕ, ਜਿੰਨੇ ਆਪਾਂ ਲੀਜ਼ ਵਧਾਈ ਜਾਵਾਂਗੇ ਉਹਨਾਂ ਰੈਂਟ ਘਟੀ ਜਾਊਗਾ। ਤੇ ਇੱਕ ਹੋਰ ਚੀਜ਼ ਜਿਹੜੀ ਕਿ ਜਿਹੜੀ ਕਾਰ ਆ ਉਹ ਤੁਹਾਡੀ 1990 ਜਾਂ 91 ਮਾਡਲ ਤੋਂ ਉੱਪਰ ਹੋਣੀ ਚਾਹੀਦੀ ਆ, ਕਿ ਇਹ ਨਹੀਂ ਕਿ ਤੁਸੀਂ 1984 ਮਾਡਲ ਨਾ ਕੋਈ ਵਿੰਟੇਜ ਕਾਰ ਹੀ ਚੱਕੀ ਫਿਰਦੇ ਹੋ। ਤਾਂ 1990-91 ਤਾਂ ਵੈਸੇ ਤਾਂ ਕੋਈ ਕਾਰ ਮਿਲਦਾ ਮਾਰਕੀਟ 'ਚ ਆਉਂਦੀ ਨਹੀਂ, ਤੂੰ ਹੈ ਨਾ, ਇਸ ਕਰਕੇ ਤੁਸੀਂ ਮਤਲਬ ਪੁਰਾਣੀ ਤੋਂ ਪੁਰਾਣੀ ਰਹਿਣੀ, ਆਪਾਂ ਕਹਿਣ ਸਿੰਪਲ ਲੈਂਗੁਏਜ 'ਚ ਕਹਿ ਦੀ, ਤਾਂ ਪੁਰਾਣੀ ਤੋਂ ਪੁਰਾਣੀ ਕਾਰ ਵੀ ਨਾ ਲੈ ਕੇ ਤਾਂ ਉਬਰ ਈਟ ਸਟਾਰਟ ਕਰਦੇ ਸੀ, $2,000-3,000 ਦੀ, $1,000 ਦੀ ਤੁਹਾਨੂੰ ਮਿਲਦੀ ਆ, ਤਾਂ ਤੁਸੀਂ ਆਪਦਾ ਕੰਮ ਸ਼ੁਰੂ ਕਰ ਸਕਦੇ ਹੋ। ਤੇ ਦੂਜੀ ਚੀਜ਼ ਆ ਜਾਂਦੀ ਹੈ ਜੀ, ਲਾਇਸੈਂਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਤਾਂ ਤੁਹਾਡੇ ਵੀਜ਼ੇ ਦੀ, ਤੁਹਾਡੇ ਕੋਲ ਵੈਲਿਡ ਵੀਜ਼ਾ ਹੋਣਾ ਚਾਹੀਦਾ ਕਿ ਤੁਸੀਂ ਵਰਕ ਰਾਈਟਸ ਹੋਣੇ ਚਾਹੀਦੇ ਆ, ਤਾਂ ਉਹ ਜੇ ਤਾਂ ਤੁਸੀਂ ਆਸਟ੍ਰੇਲੀਅਨ ਹੋ ਤਾਂ ਆਸਟ੍ਰੇਲੀਅਨ ਪਾਸਪੋਰਟ, ਜੇ ਆਪਾਂ ਹੁਣ ਆਪਾਂ ਜਿਵੇਂ ਪੰਜਾਬੀ ਚੈਨਲ ਤਾਂ ਇੰਡੀਆ ਦੀ ਗੱਲ ਕਰ ਲੈਂਦੇ ਕਿ ਜੇ ਤੁਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਤਾਂ ਤੁਹਾਡੇ ਕੋਲ ਵੈਲਿਡ ਵੀਜ਼ਾ, ਉਹ ਤੁਹਾਡੇ ਕੋਲ ਵੀਵੋ ਕੀ ਹੁੰਦਾ, ਵੀਵੋ ਚੈੱਕ, ਹਾਂ ਵੀਵੋ ਚੈੱਕ ਦੀ ਕਾਪੀ ਲਾਉਣੀ ਪੈਂਦੀ ਹੈ ਨਾਲ ਜਦੋਂ ਤੁਸੀਂ ਆਨਲਾਈਨ ਸਾਈਨ ਅਪ ਕਰਦੇ ਹੋ ਉਬਰ ਈਟ ਦੇ ਵਿੱਚ, ਠੀਕ ਹੈ ਜੀ। ਇਹ ਦੋ ਚੀਜ਼ਾਂ ਹੋ ਗਈਆਂ ਕਿ ਲਾਇਸੈਂਸ ਹੋ ਗਿਆ ਤੇ ਇੱਕ ਤੁਹਾਡਾ ਪਾਸਪੋਰਟ ਜਾਂ ਵੀਜ਼ਾ ਹੋ ਗਿਆ, ਹੈ ਨਾ, ਇੰਸ਼ੋਰੈਂਸ ਹੋ ਗਈ, ਕਾਰ ਦੀ ਰੈਜੋ ਹੋ ਗਈ, ਚਾਰ ਚੀਜ਼ਾਂ ਕਾਰ ਬਾਰੇ, ਕ੍ਰਿਮੀਨਲ ਹਿਸਟਰੀ ਵੀ ਚੈੱਕ ਹੁੰਦੀ ਹੈ, ਹਾਂ, ਤੇ ਇੱਕ ਕ੍ਰਿਮੀਨਲ, ਉਹ ਤਾਂ ਸਾਈਕਲ ਤੇ ਸਾਰਿਆਂ ਦੀ ਹੋਣੀ ਹੁੰਦੀ, ਸਾਰਿਆਂ ਦੇ ਹੁੰਦੇ ਆ ਹਰੇਕ ਤੇ, ਉਹ ਇੱਕ ਹੈਗਾ ਜੀ ਇੱਕ ਆਪਣੀ ਕ੍ਰਿਮੀਨਲ ਹਿਸਟਰੀ ਚੈੱਕ, ਪੁਲਿਸ ਚੈੱਕ, ਕਲੀਅਰੈਂਸ ਕਹਿ ਦਿੰਦੇ ਨੇ ਉਹਨੂੰ, ਤੇ ਉਹ ਮਤਲਬ $30-35 ਲੱਗਦੇ, ਹਾਂ $30 ਦਾ ਹੁੰਦਾ, ਉਹਦੇ ਨਾਲ ਹੀ ਵੀਵੋ ਚੈੱਕ ਹੁੰਦਾ ਕਿਉਂਕਿ ਵੀਵੋ ਚੈੱਕ ਇਹ ਦੂਜਾ ਨਹੀਂ ਮੰਨਦੇ ਜਿਹੜਾ ਆਪਾਂ ਸਾਈਡ ਤੋਂ ਕੱਢਦੇ ਆ, ਠੀਕ ਹੈ ਠੀਕ ਹੈ, $30-35 ਹੀ ਉਹਦੇ ਲੱਗਦੇ ਆ ਤੁਹਾਡਾ ਵੀਵੋ ਚੈੱਕ ਦੇ, ਠੀਕ ਹੈ, ਮਤਲਬ $35-40 ਦਾ ਉਹ ਖਰਚਾ ਲਾ ਲਓ, $35-40 ਦਾ ਤੁਹਾਡਾ ਹੀ ਵੀਵੋ ਚੈੱਕ, ਵੀਜ਼ਾ ਚੈੱਕ ਹੋਗਾ ਜੀ, ਤੇ ਪੁਲਿਸ ਕਲੀਅਰੈਂਸ ਤੇ ਮਤਲਬ ਹਫਤੇ 'ਚ ਆ ਜਾਂਦੀ ਹੈ ਨਾ, ਹਾਂ ਹਫਤੇ 'ਚ ਆ ਜਾਂਦੀ, ਦੋ ਕੁ ਦਿਨਾਂ 'ਚ ਆ ਜਾਂਦੀ ਆ, ਤੇ ਬਟ ਉਹ ਸਾਲ ਲਈ ਵੈਲਿਡ ਹੁੰਦੀ ਆ, ਤੁਸੀਂ ਪਹਿਲਾਂ ਹੁੰਦਾ ਸੀਗਾ, ਸ਼ਾਇਦ ਤੈਨੂੰ ਨਾ ਪਤਾ ਹੋਵੇ ਕਿ ਪਹਿਲਾਂ ਕੀ ਹੁੰਦਾ ਸੀ ਤੁਹਾਡੇ ਕੋਲੇ, ਜਿਵੇਂ ਆਪਾਂ ਇੰਡੀਆ ਦੀ ਗੱਲ ਕਰ ਲੈਣਾ, ਇੰਡੀਆ ਦਾ ਲਾਇਸੈਂਸ ਆ, ਤੁਸੀਂ ਪੇਪਰ ਦੇਣ ਗਏ ਹੋ, ਤੁਸੀਂ ਫੇਲ ਹੋ ਗਏ, ਤੁਸੀਂ ਫਿਰ ਵੀ ਆ ਕੇ ਇੰਡੀਆ ਲਾਇਸੈਂਸ ਤੇ ਗੱਡੀ ਚਲਾ ਸਕਦੇ ਸੀਗੇ। ਤੇ ਹੁਣ ਪਰ ਕੀ ਹੋ ਗਿਆ ਕਿ ਜੇ ਤੁਸੀਂ ਇੰਡੀਅਨ ਲਾਇਸੈਂਸ ਤੇ ਉਬਰ ਈਟ ਚਲਾ ਰਹੇ ਹੋ ਤਾਂ ਵਧੀਆ ਵਾ, ਪਰ ਜੇ ਤੁਸੀਂ ਇੱਕ ਵਾਰ ਵੀ ਟੈਸਟ ਦੇਣ ਚਲੇ ਗਏ ਟਰਾਂਸਪੋਰਟ ਆਫਿਸ, ਤੇ ਜੇ ਤੁਸੀਂ ਫੇਲ ਹੋ ਗਏ ਫਿਰ ਤੁਸੀਂ
ਆਸਟ੍ਰੇਲੀਆ ਚ ਕਾਰ ਹੀ ਨਹੀਂ ਚਲਾ ਸਕਦੇ ਜਦ ਤੱਕ ਤੁਸੀਂ ਟੈਸਟ ਨਹੀਂ ਪਾਸ ਕਰਕੇ ਕਰਦੇ ਹੈ ਨਾ ਤੇ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਿਓ ਕਿ ਜੇ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਤੇ ਗੱਡੀ ਆਪਣੀ ਉਬਰ ਈਟ ਚਲਾ ਰਹੇ ਹੋ ਤਾਂ ਜਿੱਦਣ ਪੇਪਰ ਦੇਣ ਜਾਣਾ ਤਾਂ ਪੂਰੀ ਤਿਆਰੀ ਕਰਕੇ ਜਾਓ ਇਹ ਨਾ ਹੋਵੇ ਕਿ ਨਾ ਉਹੀ ਚਲੋ ਦੇ ਆਉਂਦੇ ਹਾਂ ਤੇ ਉੱਥੇ ਫੇਲ ਹੋ ਗਏ ਫਿਰ ਤੁਹਾਡੀ ਇਹ ਜੋਬ ਵੀ ਜਾਊਗੀ ਤੁਸੀਂ ਡਰਾਈਵ ਨਹੀਂ ਕਰ ਸਕਦੇ ਕਾਰ ਤੇ ਬਾਈਕ ਦਾ ਤਾਂ ਚਲੋ ਰੌਲਾ ਹੀ ਗੱਲ ਹੋਰ ਆ ਜਿਹੜਾ ਅੱਜ ਕੱਲ੍ਹ ਹੁਣ ਨਵਾਂ ਇਹ ਜਿਹੜਾ ਇੰਡੀਅਨ ਲਾਇਸੈਂਸ ਲਾ ਰਹੇ ਨੇ ਜਿਹੜੇ ਵੀ ਉਹਨਾਂ ਦਾ ਰਿਜੈਕਟ ਕਰ ਰਹੇ ਨੇ ਕਿਉਂਕਿ ਉੱਥੇ ਆਪਣਾ ਜਿਹੜੀ ਇੰਡੀਆ ਦੀ ਵੈਬਸਾਈਟ ਤੇ ਰਜਿਸਟਰ ਨਹੀਂ ਹੁੰਦਾ ਵੈਰੀਫਿਕੇਸ਼ਨ ਆਪ ਕਰਦੇ ਨੇ ਇਹ ਨਹੀਂ ਮੈਨੂੰ ਪਤਾ ਸੀ ਇਹ ਵੈਰੀਫਿਕੇਸ਼ਨ ਆਪ ਕਰਦੇ ਨੇ ਨਾ ਠੀਕ ਹੈ ਤੇ ਮਤਲਬ ਵੈਲਿਡ ਵੈਲਿਡ ਲਾਇਸੈਂਸ ਹੋਵੇ ਇਹ ਨਹੀਂ ਕਿ ਫੇਕ ਲਾਇਸੈਂਸ ਆਪਾਂ ਲੈ ਕਾਪੀ ਵਾਲਾ ਨਹੀਂ ਚੱਲਦਾ ਕਾਪੀਆਂ ਚੱਲਦਾ ਓਰੀਜਨਲ ਹੋਵੇ ਉਹਨਾਂ ਦੀ ਵੈਬਸਾਈਟ ਤੇ ਅਪਡੇਟ ਹੋਵੇ ਬਸ ਰਿਕੁਆਇਰਮੈਂਟ ਜਿਹੜੀਆਂ ਦੱਸਦੀਆਂ ਹੁਣ ਆਪਾਂ ਜਦੋਂ ਤੱਕ ਜੋਬ ਆਉਂਦੀ ਹੈ ਵੇਟ ਕਰਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਫਿਰ ਤੁਹਾਨੂੰ ਦੱਸਾਂਗੇ ਜੋਬ ਆਈ ਕਿੰਨੇ ਕਿਲੋਮੀਟਰ ਜਾਣਾ ਕਿੰਨੇ ਕੁ ਪੈਸੇ ਬਣਦੇ ਨੇ ਠੀਕ ਹੈ ਜੀ ਤੇ ਚਲੋ ਵੇਟ ਕਰਦੇ ਹਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਵੇਟ ਕਰੋ ਜੀ ਵੇਟ ਆਹ ਦੇਖੋ ਜੀ ਸਾਨੂੰ ਆ ਗਈ ਆ ਜੋਬ ਤੇ ਇਹ ਆਈ ਆ ਆਪਾਂ ਨੂੰ 300 ਮੀਟਰ ਤੇ ਆਈ ਤੇ ਉੱਥੇ ਜਾਂਦੇ ਹਾਂ ਤੇ ਆਰਡਰ ਚੱਕਦੇ ਹਾਂ ਤੇ ਫਿਰ ਤੁਹਾਨੂੰ ਦੱਸਦੇ ਹਾਂ ਬਾਕੀ ਦਾ ਸਿਸਟਮ ਕੀ ਆ ਤੇ ਜੀ ਜੋਬ ਦੇ ਉੱਪਰ ਜਦੋਂ ਜੋਬ ਵੱਜੀ ਸੀਗੀ ਉਹ ਤੁਹਾਨੂੰ ਮੈਂ ਦਿਖਾ ਦੂੰਗਾ ਵੀਡੀਓ ਕਲਿੱਪ ਤਾਂ ਉਹਦੇ ਤੇ ਤੁਹਾਨੂੰ ਪੈਸੇ ਵੀ ਲਿਖੇ ਹੁੰਦੇ ਕਿ ਤੁਹਾਡੀ ਜਿਹੜੀ ਆਪਣਾ ਉਬਰ ਈਟ ਨੂੰ ਕੱਟ ਕੇ ਤੁਹਾਨੂੰ ਕਿੰਨੇ ਕੁ ਮਿਲਣਗੇ ਪਲੱਸ ਤੁਹਾਨੂੰ ਇਹ ਵੀ ਲਿਖਿਆ ਜਾਂਦਾ ਕਿ ਤੁਸੀਂ ਕਿੱਥੇ ਲੈ ਕੇ ਜਾਣੀ ਆ ਕਿੰਨੇ ਕੁ ਕਿਲੋਮੀਟਰ ਜਾਣਾ ਪਰ ਜਿਹੜੀ ਇਹ ਅਮਾਊਂਟ ਲਿਖੀ ਹੁੰਦੀ ਹੈ ਕਿ ਤੁਹਾਨੂੰ ਇੰਨੇ ਉਬਰ ਈਟ ਨੂੰ ਦੇਣ ਤੋਂ ਬਾਅਦ ਮਿਲਣਗੇ ਉਹ ਇੱਕ ਐਸਟੀਮੇਟ ਹੁੰਦਾ ਕਈ ਵਾਰ ਵੱਧ ਵੀ ਜਾਂਦੇ ਨੇ ਕਿਉਂਕਿ ਟ੍ਰੈਫਿਕ ਦੇ ਹਿਸਾਬ ਨਾਲ ਪਲੱਸ ਇੱਕ ਇਹਨਾਂ ਨੇ ਜਿਹੜਾ ਹੁਣ ਨਵਾਂ ਸ਼ੁਰੂ ਕੀਤਾ ਵਾ ਥੋੜ੍ਹੇ ਪੈਸੇ ਵੈਸੇ ਘਟਾਤੇ ਨੇ ਬਾਏ ਕਿਲੋਮੀਟਰ ਪਰ ਟਾਈਮਿੰਗ ਦੇ ਪੈਸੇ ਵਧਾਤੇ ਨੇ ਰੀਜ਼ਨ ਕੀ ਜਿਵੇਂ ਹੁਣ ਤਜਿੰਦਰ ਗਿਆ ਮੈਕਡੋਨਲਡ ਜੇ ਉਹਨਾਂ ਨੇ ਆਰਡਰ ਤਿਆਰ ਕਰਨ ਨੂੰ ਕੁਛ ਟਾਈਮ ਲਿਮਿਟ ਆ ਕਿ ਉਹ ਤੋਂ ਵੱਧ ਲਾਤਾ ਤਾਂ ਤੁਹਾਨੂੰ ਉਹਦੇ ਐਕਸਟਰਾ ਪੈਸੇ ਮਿਲਦੇ ਨੇ ਮੀਨਸ ਕਿ ਤੁਹਾਨੂੰ ਵੇਟਿੰਗ ਟਾਈਮ ਮਿਲਦਾ ਪਹਿਲਾਂ ਕੀ ਹੁੰਦਾ ਸੀ ਤੁਸੀਂ ਕਈ ਵਾਰ ਰੈਸਟੋਰੈਂਟ ਵਾਲੇ ਅੱਧਾ ਅੱਧਾ ਘੰਟਾ ਆਰਡਰ ਨਹੀਂ ਸੀ ਤਿਆਰ ਕਰਦੇ ਤੁਹਾਡਾ ਟਾਈਮ ਬਹੁਤ ਵੇਸਟ ਹੁੰਦਾ ਸੀ ਪਰ ਹੁਣ ਨਹੀਂ ਹੈਗਾ ਹੁਣ ਇੱਕ ਟਾਈਮ ਲਿਮਿਟ ਆ ਉਹ ਮੈਨੂੰ ਥੋੜ੍ਹਾ ਜਿਹਾ ਆਈਡੀਆ ਨਹੀਂ ਕਿੰਨੇ ਕੁ ਮਿੰਟ ਬਾਅਦ ਜੇ ਤੁਹਾਡਾ ਆਰਡਰ ਤੁਹਾਨੂੰ ਉਹਨਾਂ ਨੇ ਨਹੀਂ ਦਿੱਤਾ ਤਾਂ ਉਹਨਾਂ ਨੂੰ ਮਤਲਬ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਂਦੇ ਨੇ ਤਾਂ ਥੋੜ੍ਹਾ ਫਾਇਦਾ ਕਿ ਹਾਂ ਜਿਵੇਂ ਹੁਣ $7 ਗਿਆ ਜੇ ਉਹਨਾਂ ਨੇ 15-20 ਮਿੰਟ ਤੱਕ ਰੈਸਟੋਰੈਂਟ 'ਚ ਆਪਾਂ ਨੂੰ ਵਾਰੀ ਨਹੀਂ ਆਈ ਤਾਂ ਆਪਾਂ ਨੂੰ ਥੋੜ੍ਹੇ ਪੈਸੇ ਵੱਧ ਮਿਲ ਜਾਣਗੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਤਜਿੰਦਰ ਆ ਜੇ ਅਤੇ ਬੈਗ ਉਹ ਲੈ ਕੇ ਗਿਆ ਵਾ ਅਤੇ ਫਿਰ ਆਪਾਂ ਡਿਲੀਵਰ ਕਰਦੇ ਹਾਂ ਦੇਖਦੇ ਹਾਂ ਕਿ $7 ਕੁਛ ਸੈਂਟ ਕਿਹਾ ਸੀ ਉਹਨਾਂ ਨੇ ਕਿ ਉਨੇ ਹੀ ਮਿਲਦੇ ਨੇ ਵੱਧ ਮਿਲਦੇ ਆ ਕਿ ਘੱਟ ਮਿਲਦੇ ਨੇ ਚਲੋ ਦੇਖਦੇ ਹਾਂ ਹਾਂਜੀ ਤਜਿੰਦਰ ਆ ਗਿਆ ਅਤੇ ਆਪਾਂ 4 ਮਿੰਟ ਦੀ ਡਰਾਈਵ ਆਈ 3 ਕਿਲੋਮੀਟਰ ਜਾਣਾ ਤੇ ਫਿਰ ਦੇਖਦੇ ਹਾਂ ਕਿੰਨੇ ਪੈਸੇ ਬਣਦੇ ਨੇ ਇਹਦੇ ਡਿਲੀਵਰ ਕਰਤਾ ਫੂਡ ਅਤੇ ਜਿਵੇਂ ਤੁਹਾਨੂੰ ਦੱਸਿਆ 3 ਕਿਲੋਮੀਟਰ ਸੀਗਾ 2.9 ਅਤੇ ਆਪਾਂ ਨੂੰ ਐਗਜੈਕਟ ਉਨੇ ਕੀ ਮਿਲੇ ਨੇ $7.47 ਕਿਉਂਕਿ ਆਰਡਰ ਦਾ ਆਪਾਂ ਨੂੰ ਵੇਟਿੰਗ ਟਾਈਮ ਜ਼ਿਆਦਾ ਨਹੀਂ ਸੀਗਾ ਉੱਥੇ ਤਾਂ ਨੋਰਮਲ ਸੀ ਜਿਹਦੇ ਵਿੱਚ ਤੁਹਾਨੂੰ ਐਕਸਟਰਾ ਨਹੀਂ ਮਿਲਦੇ ਤਾਂ ਬਾਕੀ ਹੁਣ ਉਹ ਦੇਖੋ ਫਾਈਂਡਿੰਗ ਟ੍ਰਿਪਸ ਲਿਖਿਆ ਆ ਰਿਹਾ ਯੂ ਆਰ ਔਨਲਾਈਨ ਇਹ ਚੀਜ਼ ਹੈ ਕਿ ਤੁਸੀਂ ਔਨਲਾਈਨ ਹੋ ਅਤੇ ਆਪਾਂ ਹੋਰ ਜੋਬ ਦੀ ਵੇਟ ਕਰਦੇ ਹਾਂ ਪਰ ਆਪਾਂ ਵੀਡੀਓ ਉਸ ਜੋਬ ਦੀ ਨਹੀਂ ਬਣਾਵਾਂਗੇ ਕਿਉਂਕਿ ਆਪਾਂ ਸਿਰਫ ਇੱਕ ਰਫ ਆਈਡੀਆ ਦੇਣਾ ਸੀਗਾ ਤੁਹਾਨੂੰ ਇੱਕ ਆਈਡੀਆ ਮਿਲ ਗਿਆ ਜੀ ਕਿ 3 ਕਿਲੋਮੀਟਰ ਦੇ ਤੁਹਾਨੂੰ $7.5 ਜਿਹੜੇ ਤੁਹਾਡੇ ਹਿੱਸੇ ਦੇ ਆਉਂਦੇ ਨੇ ਕੱਟ ਕਟਾ ਕੇ ਉਹ ਮਿਲ ਪਰ ਜੋਬ ਥੋੜ੍ਹੀ ਜਿਹੀ ਜਿਵੇਂ ਅੱਜ ਸੰਡੇ ਆ ਤਾਂ ਕਾਫੀ ਚਲਾ ਰਹੇ ਨੇ ਹੈ ਨਾ ਬਿਜ਼ੀ ਵੀ ਆ ਨਹੀਂ ਵੀ ਬਿਜ਼ੀ ਕਹਿ ਸਕਦੇ ਹਾਂ ਸਾਨੂੰ ਜੋਬ ਨਹੀਂ ਆਈ ਸਾਨੂੰ ਘੰਟਾ ਕੁ ਜੋਬ ਨਹੀਂ ਆਈ ਪਰ ਇੱਕ ਆ ਗਈ ਸੀਗੀ ਉਹ ਥੋੜ੍ਹੀ ਜਿਹੀ ਦੂਰ ਸੀਗੀ ਜਿਵੇਂ ਕਿ ਆਪਾਂ ਨੂੰ 5-6 ਕਿਲੋਮੀਟਰ ਜਾਣਾ ਪੈਣਾ ਸੀ ਤੇ ਪੈਸੇ ਸੇਮ ਹੀ ਮਿਲਦੇ ਹਾਂ ਪੈਸੇ ਉਹੀ $7-8 ਸੀਗੇ ਤੇ ਅਸੀਂ ਉਹ ਚੱਕੀ ਨਹੀਂ ਗੀ ਤੇ ਪਰ ਇਹ ਜੋਬ ਸਹੀ ਸੀਗੀ 3 ਕਿਲੋਮੀਟਰ ਦੇ $7 ਇਹ ਵੀ ਬੈਸਟ ਆਪਸ਼ਨ ਹੈ ਤੁਹਾਡੇ ਕੋਲ ਤੁਸੀਂ ਲਾਈਕ ਕਰਦੇ ਚੱਕੋ ਨਹੀਂ ਲਾਈਕ ਕਰਦੇ ਰਹਿ ਹਾਂਜੀ ਕੋਈ ਹਾਂ ਕੋਈ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਪੈਨਲਟੀ ਲੱਗੂਗੀ ਜਿਵੇਂ ਟੈਕਸੀ 'ਚ ਹੁੰਦਾ ਸੀਗਾ ਕਿ ਜੋਬ ਨਹੀਂ ਚੱਕੀ ਤਾਂ 3 ਮਿੰਟ ਦੀ ਪੈਨਲਟੀ ਤੁਹਾਨੂੰ ਜੋਬ ਨਹੀਂ ਆਊਗੀ ਇਹਦੇ 'ਚ ਕੋਈ ਇਸ਼ੂ ਨਹੀਂ ਚੱਕਣੀ ਨਾ ਚੱਕੋ ਅਗਲੀ ਆ ਜੂਗੀ ਆਪਾਂ ਨੂੰ ਜੀ ਘਰੇ ਆਉਂਦੇ ਪਿਆਂ ਨੂੰ 3 ਜੋਬਾਂ ਆਪਾਂ ਕਰਤੀਆਂ ਟੋਟਲ ਤਾਂ 1 ਘੰਟੇ 'ਚ ਆਪਾਂ ਐਵਰੇਜ ਅੱਜ ਜੇ ਤੁਹਾਨੂੰ ਦੱਸੀ ਤਾਂ $22 ਆਪਣੇ ਬਣੇ ਨੇ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਲਾਸਟ ਜੋਬ ਮੈਂ ਤੁਹਾਨੂੰ ਇਹ ਦਿਖਾ ਰਿਹਾ ਇਹ 12 ਮਿੰਟ 48 ਸੈਕਿੰਡ ਟੋਟਲ ਸੀਗੀ ਜਦੋਂ ਆਪਾਂ ਆਪਣੇ ਮੋਬਾਈਲ 'ਤੇ ਜੋਬ ਚੱਕੀ ਆ ਤਾਂ 2.3 ਕਿਲੋਮੀਟਰ ਆਪਾਂ ਟਰੈਵਲ ਕੀਤਾ ਤੁਸੀਂ ਦੇਖ ਸਕਦੇ ਹੋ ਅਮਾਊਂਟ $7.65 ਅਤੇ ਸਰਵਿਸ ਫੀਸ ਉਹਨਾਂ ਜਿਹੜੀ ਉਬਰ ਨੇ ਕੱਟੀ ਆ 153 ਪਰ ਲੱਸ ਪ੍ਰਮੋਸ਼ਨ $1.75 ਤੇ ਜਿਹੜੀ ਪ੍ਰਮੋਸ਼ਨ ਆਈ ਉਹ ਪ੍ਰਮੋਸ਼ਨ ਇਹ ਸੀਗਾ ਕਿ ਜਿਵੇਂ ਸਬ ਚਾਰਜ ਕਹਿ ਦਿੰਦੇ ਨੇ ਹਨਾ ਸਰ ਚਾਰਜ ਹਾਂ ਉਹ ਚੱਲਦਾ ਪਿਆ ਸੀਗਾ ਜੀ ਤੇ ਉਹਦੇ ਕਰਕੇ ਆਪਾਂ ਨੂੰ $1.5 ਐਕਸਟਰਾ ਮਿਲਿਆ ਵਾ ਜੇ ਉਹ ਸਬ ਚਾਰਜ ਸਰ ਚਾਰਜ ਜੇ ਚੱਲਦਾ ਹੋਵੇ ਤਾਂ ਤੁਹਾਨੂੰ ਥੋੜ੍ਹੇ ਐਕਸਟਰਾ ਪੈਸੇ ਮਿਲ ਜਾਂਦੇ ਨੇ ਆਪਾਂ ਨੂੰ ਮਿਲੇ ਨੇ ਤਾਂ ਉਹੀ ਤੁਹਾਨੂੰ ਦੱਸਿਆ ਕਿ ਐਵਰੇਜ ਅੱਜ ਸਾਡੀ $22 ਪਰ ਆਰ ਪਰ ਪਹਿਲਾਂ 1 ਘੰਟਾ ਜੋਬ ਨਹੀਂ ਆਈ ਜੇ ਸਰ ਚਾਰਜ ਨਾ ਹੁੰਦਾ ਤੇ ਆਪਣੇ $6 ਹੋਰ ਕੱਟਦੇ $15 ਰਹਿ ਗਏ ਸੀ ਹਾਂ ਉਹੀ ਤੁਹਾਨੂੰ ਦੱਸਿਆ ਐਵਰੇਜ $15-20 ਦੀ ਪਰ ਆਰ ਆ ਪਰ ਮੈਂ ਇੰਨਾ ਕੁ ਹਿਸਾਬ ਲਾਇਆ ਕਿ ਜਦੋਂ ਤੁਹਾਨੂੰ ਜੋਬ ਆਉਣ ਲੱਗ ਜਾਂਦੇ ਫਿਰ ਲਗਾਤਾਰ ਚੱਲੀ ਜਾਂਦੀ ਆ ਰੂਟੀਨ ਪਰ ਅਸੀਂ ਘਰ ਨੂੰ ਆ ਰਹੇ ਸੀ ਸਾਨੂੰ ਆਈ ਹਾਂ ਜਦੋਂ ਤੁਸੀਂ ਸੋਚ ਲਓ ਨਾ ਕਿ ਅਸੀਂ ਨਹੀਂ ਹੁਣ ਫਿਨਿਸ਼ ਕਰਦੇ ਹਾਂ ਕਿ ਹੁਣ ਨਹੀਂ ਆਪਾਂ ਨਾ ਕਰਨੀ ਪਰ ਸਾਨੂੰ ਲਗਾਤਾਰ ਆ ਗਏ ਨੇੜੇ ਸੀਗੀਆਂ ਅਸੀਂ ਕਰਤੀਆਂ
ਤੇ $22 ਬਣ ਗਏ ਪਰ ਆਰ ਦੇ ਵਿੱਚ ਤਾਂ ਠੀਕ ਹੈ ਕੋਈ ਚੱਕਰ ਨਹੀਂ ਨਵੇਂ ਬੰਦੇ ਲਈ ਸਾਨੂੰ ਤਾਂ 11 ਹੀ ਬਣੇ ਇੱਕ ਘੰਟਾ ਵੇਟ ਵੀ ਕੀਤੀ ਹੈ ਚਲੋ ਨਹੀਂ ਉਹ ਉਹਨਾਂ ਦਾ ਕੋਈ ਮਸਲਾ ਨਹੀਂ ਆਪਾਂ ਮਤਲਬ ਜੇ ਤੁਹਾਨੂੰ ਦੱਸਣਾ ਚਾਹੀਏ ਟੋਟਲ ਕਰਕੇ ਕਿ ਜਿਹੜਾ ਨਵਾਂ ਕੋਈ ਆ ਕੇ ਸਟੂਡੈਂਟ ਜਾਂ ਆਉਣਾ ਚਾਹੁੰਦਾ ਇੰਡੀਆ ਤੋਂ ਤਾਂ ਤੁਸੀਂ ਆਓ ਠੀਕ ਹੈ ਜੀ ਅਤੇ ਗੱਡੀ ਨਹੀਂ ਲੈ ਸਕਦੇ ਚੁੱਪ ਕਰਕੇ ਸਾਈਕਲ 'ਤੇ ਕਰੋ ਸਾਈਕਲ ਤਾਂ ਬਸ ਇਹ ਹੈ ਕਿ ਥੋੜ੍ਹਾ ਜਿਹਾ ਹੈ ਨਾ ਕਿ ਟਾਈਮ ਜ਼ਿਆਦਾ ਲੱਗ ਜਾਂਦਾ ਸ਼ੋਰਟ ਡਿਲੀਵਰੀ ਆਉਂਦੀ ਨਾ ਹਾਂ ਕਿ ਤੁਸੀਂ ਜਿਵੇਂ ਆਪਾਂ 3-3 ਕਿਲੋਮੀਟਰ ਤੱਕ ਆਪਾਂ ਡਿਲੀਵਰ ਕਰ ਜਾਂਦੇ ਹਾਂ ਤਾਂ ਤੁਹਾਨੂੰ ਉਹ ਨਹੀਂ ਆਉਣੀ ਪਰ ਜੇ ਤੁਹਾਡੇ ਕੋਲ $1,000-1,200 ਹੈਗਾ ਤਾਂ ਗੱਡੀ ਲੈ ਲਓ ਚੁੱਪ ਕਰਕੇ ਅਤੇ ਫਿਰ $1,000-1,200 ਤਾਂ ਮੈਂ ਕਹਿੰਦਾ ਹਫ਼ਤੇ 'ਚ ਨਿਕਲ ਆਊਗਾ ਗੱਡੀ ਦੀ ਕੋਸਟ ਹੈ ਨਾ ਠੀਕ ਹੈ ਜੇ ਬੰਦਾ ਸਾਰਾ ਦਿਨ ਚਲਾਊਗਾ ਹਾਂ ਸਾਰਾ ਦਿਨ ਚਲਾਓ ਤੁਸੀਂ ਤੁਹਾਡੀ ਗੱਡੀ ਦੀ ਕੀਮਤ ਨਿਕਲ ਆਈ ਤਾਂ ਤੁਹਾਨੂੰ ਸੌਖਾ ਵਾ ਕਿ ਮੀਂਹ ਕਣੀ 'ਚ ਤੁਸੀਂ ਡਿਲੀਵਰ ਕਰ ਸਕਦੇ ਹੋ ਠੀਕ ਹੈ ਨਾ ਸਾਈਕਲ 'ਚ ਥੋੜ੍ਹਾ ਜਿਹਾ ਔਖਾ ਤੁਸੀਂ ਹੈ ਨਾ ਧੁੱਪ 'ਚ ਗਰਮੀ 'ਚ ਹਾਂ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਜੇ ਆਉਂਦੇ ਹੋ ਤਾਂ ਆਪਦਾ $1,000-1,200 ਇਸ ਚੀਜ਼ ਨੂੰ ਰੱਖ ਲਓ ਕਿ $1,200-1,500 'ਚ ਵਧੀਆ ਗੱਡੀ ਮਿਲ ਜਾਂਦੀ ਆ ਜਿੰਨੀ ਛੋਟੀ ਲਓ ਉਨੀ ਤੋੜਨੀ ਆ ਤਾਂ ਆਪਾਂ ਚਲਾ ਹਾਂ ਕਿਉਂਕਿ ਜੇ ਤੁਹਾਡੀ ਹਫ਼ਤੇ 'ਚ ਤੁਹਾਡੇ ਗੱਡੀ ਦੇ ਪੈਸੇ ਪੂਰੇ ਹੋ ਗਏ ਠੀਕ ਹੈ ਤਾਂ ਜੇ ਉਹ ਖਰਾਬ ਵੀ ਹੋਗੀ ਤਾਂ ਵੀ 500 'ਚ ਰੈਕਰ 'ਤੇ ਚਲੀ ਜਾਂਦੀ ਹੈ ਅਤੇ ਜੀ ਇੱਕ ਦੋ ਚੀਜ਼ਾਂ ਹੋਰ ਨੇ ਅੱਜ ਕੱਲ੍ਹ ਆਪਣਾ ਜਿਵੇਂ ਕਰੋਨਾ ਚੱਲਦਾ ਤਾਂ ਤੁਸੀਂ ਔਡਰ ਉਹਨਾਂ ਨੇ ਲਿਖਿਆ ਹੁੰਦਾ ਕਿ ਤੁਸੀਂ ਬਾਹਰ ਧਰ ਦੇਣਾ ਅਤੇ ਫੋਟੋ ਖਿੱਚਣੀ ਫੋਟੋ ਬਸ ਉਹ 'ਚ ਐਪ ਦੇ ਵਿੱਚ ਹੀ ਆਪਸ਼ਨ ਆ ਜਾਂਦੀ ਹੈ ਉੱਥੇ ਕਲਿੱਕ ਕਰਕੇ ਸੈਂਡ ਕਰ ਦੇਣੀ ਹੈ ਹਾਂ ਆਪਸ਼ਨ ਹੈਗੀ ਫੋਨ 'ਚ ਸੇਵ ਨਹੀਂ ਹੁੰਦੀ ਉਸ ਦੀ ਕਸਟਮਰ ਕੋਲ ਜਾਂਦੀ ਹੈ ਤੁਹਾਡੀ ਕੋਈ ਮੈਮਰੀ 'ਤੇ ਫਰਕ ਨਹੀਂ ਪੈਂਦਾ ਹਾਂਜੀ ਤੁਸੀਂ ਸਿਰਫ ਫੂਡ ਦੀ ਖਿੱਚਣੀ ਆ ਅਤੇ ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ ਤੁਹਾਨੂੰ ਕਹਿੰਦੇ ਹੋ ਨਾ ਹਫ਼ਤਾ 10 ਦਿਨ ਪਹਿਲਾਂ ਇੱਕ ਪੰਜਾਬੀ ਮੁੰਡਾ ਮਿਲਿਆ ਸੀਗਾ ਉਹਦਾ ਅਕਾਊਂਟ ਬਲੌਕ ਕਰਤਾ ਰੀਜ਼ਨ ਕੀ ਸੀ ਉਹ ਕਸਟਮਰ ਨੇ ਕੰਪਲੇਂਟ ਕਰਤੀ ਕਿ ਮੇਰੀ ਫੋਟੋ ਖਿੱਚੀ ਆ ਤੁਸੀਂ ਮਤਲਬ ਜਦੋਂ ਔਡਰ ਰੱਖਦੇ ਹੋ ਤਾਂ ਤੁਸੀਂ ਸਮਾਨ ਦੀ ਖਿੱਚਣੀ ਆ ਬਾਈ ਚਾਂਸ ਉਹ ਬੰਦੇ ਨੇ ਸਮਾਨ ਚੱਕ ਲਿਆ ਤਾਂ ਤੁਸੀਂ ਫੋਟੋ ਨਾ ਖਿੱਚੋ ਹੀ ਨਹੀਂ ਹੈਗਾ ਉਹ ਸਮਾਨ ਚੱਕੀ ਤੁਰਿਆ ਜਾਂਦਾ ਤੁਸੀਂ ਉਹਦੀ ਫੋਟੋ ਖਿੱਚ ਦਿਓ ਠੀਕ ਹੈ ਜੇ ਉਹਨੇ ਡੋਰ ਨਹੀਂ ਖੋਲਿਆ ਫਿਰ ਖਿੱਚੋ ਹਾਂ ਸਿਰਫ ਜੇ ਉਹ ਆ ਗਿਆ ਫਿਰ ਖਿੱਚਣ ਦੀ ਲੋੜ ਹਾਂ ਜੇ ਉਹਨੇ ਚੱਕ ਲਿਆ ਜਾਂ ਉਹਨੇ ਫੜ ਲਿਆ ਸਮਾਨ ਇਹ ਨਹੀਂ ਹੈ ਕਿ ਫਿਰ ਵੀ ਤੁਸੀਂ ਫੋਟੋ ਖਿੱਚਣੀ ਆ ਫਿਰ ਥੋੜ੍ਹਾ ਇਲੀਗਲ ਹੋ ਜਾਂਦਾ ਤਾਂ ਉਹਦਾ ਅਕਾਊਂਟ ਇਸ ਕਰਕੇ ਬੰਦ ਕੀਤਾ ਗਿਆ ਕਿ ਉਸ ਕਸਟਮਰ ਨੇ ਕੰਪਲੇਂਟ ਕਰਤੀ ਕਿ ਮੇਰੀ ਹੀ ਫੋਟੋ ਖਿੱਚ ਲਈ ਇਹਨੇ ਠੀਕ ਹੈ ਜੀ ਅਤੇ ਉਹ ਚੀਜ਼ ਦਾ ਧਿਆਨ ਤੁਸੀਂ ਰੱਖਣਾ ਅਤੇ ਇੱਕ ਦੱਸ ਦਿੱਤਾ ਕਿ ਕਰੋਨਾ ਕਰਕੇ ਤੁਸੀਂ ਹੱਥ ਸੈਨੇਟਾਈਜ਼ ਕਰਕੇ ਰੱਖਣੇ ਨੇ ਨਾ ਜਦੋਂ ਗੱਡੀ 'ਚ ਸੈਨੇਟਾਈਜ਼ਰ ਰੱਖੋ ਅਸੀਂ ਰੱਖਿਆ ਹੋਇਆ ਉਹ ਕਰਦੇ ਰਹਿਣਾ ਬਸ ਬਾਕੀ ਕਸਟਮਰ ਨੋਟ ਪੜ੍ਹ ਲਓ ਥੱਲੇ ਜਿਹਨੇ ਕਿਹਾ ਬਾਹਰ ਰੱਖ ਜਾਓ ਜਾਂ ਗਰਾਸ 'ਚ ਰੱਖ ਜਾਓ ਅਤੇ ਕਸਟਮਰ ਦਾ ਨੋਟ ਤੁਸੀਂ ਹੈ ਨਾ ਜਿਵੇਂ ਤੇਂਦਰ ਨੇ ਦੱਸਿਆ ਕਿ ਪੜ੍ਹ ਲਓ ਕਿ ਜਿੱਥੇ ਵੀ ਕਹਿੰਦਾ ਅਗਲਾ ਤੁਸੀਂ ਸੇਫ 'ਤੇ ਹੈ ਨਾ ਉੱਥੇ ਰੱਖ ਦਿਓ ਅਤੇ ਇੱਕ ਐਜ਼ ਆ ਕਸਟਮਰ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਕਿ ਸ਼ਾਇਦ ਤੇਜਿੰਦਰ ਨੂੰ ਨਹੀਂ ਪਤਾ ਹੋਣਾ ਕਿ ਜਿਹਦੇ ਨੇ ਔਡਰ ਤੂੰ ਹੈ ਨਾ ਮੰਗਾਇਆ ਨਹੀਂ ਕਦੇ ਉਬਰ ਦੇ ਸਿਰ ਡਿਲੀਵਰ ਕੀਤੇ ਅਤੇ ਮੈਂ ਮੰਗਾਉਂਦਾ ਰਹਿੰਦਾ ਉਹਦੇ 'ਚ ਇੱਕ ਚੀਜ਼ ਹੋਰ ਹੁੰਦੀ ਹੈ ਜੀ ਜਦੋਂ ਜਿਵੇਂ ਅਸੀਂ ਜਦੋਂ ਹੁਣ ਸਮਝ ਲਓ ਆਪਾਂ ਔਨ ਕੀਤਾ ਹੋਇਆ ਤਾਂ ਜੋਬ ਹੁਣੀ ਆਈ ਹੈ ਤਾਂ ਇਹਨੇ ਚੱਕ ਲਈ ਤਾਂ ਪਹਿਲਾਂ ਕੀ ਹੁੰਦਾ ਸੀ ਕਸਟਮਰ ਨੂੰ ਨਹੀਂ ਸੀ ਪਤਾ ਲੱਗਦਾ ਕਿ ਡਰਾਈਵਰ ਕਿੱਥੇ ਉਹਨੂੰ ਉਦੋਂ ਹੀ ਪਤਾ ਲੱਗਦਾ ਸੀ ਜਦੋਂ ਔਡਰ ਰੈਸਟੋਰੈਂਟ ਤੋਂ ਚੱਕਦਾ ਸੀਗਾ ਪਰ ਹੁਣ ਕੀ ਆ ਹੁਣ ਜੇ ਆਪਾਂ ਇੱਥੇ ਜੋਬ ਚੱਕ ਲੈਂਦੇ ਹਾਂ ਘਰੇ ਬੈਠੇ ਇਸ ਟਾਈਮ 'ਤੇ ਤਾਂ ਉਹ ਕਸਟਮਰ ਨੂੰ ਵੀ ਪਤਾ ਲੱਗੂਗਾ ਕਿ ਡਰਾਈਵਰ ਨੇ ਜੋਬ ਕਿੱਥੋਂ ਚੱਕੀ ਆ ਉਹ 'ਚ ਪਹਿਲਾਂ ਕੀ ਹੁੰਦਾ ਸੀ ਫਾਲਟ ਕਈ ਵਾਰ ਰੈਸਟੋਰੈਂਟ ਦਾ ਹੁੰਦਾ ਸੀਗਾ ਕਿ ਉਹਨੇ ਅੱਧਾ ਘੰਟਾ ਤੁਹਾਨੂੰ ਵੇਟ ਕਰਾਈ ਗਈ ਠੀਕ ਆ ਅਤੇ ਉਹ ਕਸਟਮਰ ਡਰਾਈਵਰ ਨਾਲ ਲੜਦਾ ਸੀ ਆ ਕਿ ਭਾਈ ਤੂੰ ਘੰਟਾ ਲਾਤਾ ਹੈ ਨਾ ਮੇਰਾ ਡਿਲੀਵਰ ਨਹੀਂ ਕਰਨਾ ਪਰ ਹੁਣ ਕੀ ਆ ਕਿ ਉਹਨੂੰ ਪਤਾ ਹੁੰਦਾ ਕਿ ਬਾਈ ਡਰਾਈਵਰ ਤਾਂ ਉੱਥੇ ਜਾ ਕੇ ਉੱਥੇ ਪਹੁੰਚ ਗਿਆ ਜੇ ਰੈਸਟੋਰੈਂਟ ਅੱਧਾ ਘੰਟਾ ਲਾ ਰਿਹਾ ਤਾਂ ਰੈਸਟੋਰੈਂਟ ਦੀ ਗਲਤੀ ਹੈ ਤਾਂ ਉਹ ਜਿਹੜੇ ਉਹਦੇ ਪੁਆਇੰਟ ਨੇ ਜਾਂ ਜਿਵੇਂ ਆਪਾਂ ਕਹਿੰਦੇ ਕੀ ਕਹਿੰਦੇ ਰੇਟਿੰਗ ਫਿਰ ਉਹ ਰੈਸਟੋਰੈਂਟ ਦੀ ਘਟਾਉਂਦਾ ਨਾ ਕਿ ਡਰਾਈਵਰ ਦੀ ਪਹਿਲਾਂ ਕੀ ਸੀ ਅਗਲਾ ਡਰਾਈਵਰ ਦੀ ਘਟਾ ਆਉਂਦਾ ਸੀ ਤਾਂ ਤੁਹਾਡਾ ਥੋੜ੍ਹਾ ਜਿਹਾ ਤੁਹਾਡੀ ਜੋਬ 'ਤੇ ਅਸਰ ਪੈਂਦਾ ਸੀ ਪਰ ਹੁਣ ਬਹੁਤ ਵਧੀਆ ਤੁਹਾਨੂੰ ਪਤਾ ਲੱਗਦਾ ਕਿ ਡਰਾਈਵਰ ਤਾਂ ਜੀ 2 ਮਿੰਟਾਂ 'ਚ ਉੱਥੇ ਰੈਸਟੋਰੈਂਟ ਪਹੁੰਚ ਗਿਆ ਪਰ ਰੈਸਟੋਰੈਂਟ ਵਾਲੇ ਦੀ ਗਲਤੀ ਹੈ ਅਤੇ ਇਹ ਵੀ ਚੀਜ਼ ਇਹ ਕਸਟਮਰ ਨੂੰ ਹੈ ਨਾ ਐਜ਼ ਅ ਕਸਟਮਰ ਨੂੰ ਪਤਾ ਲੱਗਦਾ ਵਾ ਕਿ ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਇਹ ਸੋਚ ਕੇ ਚੱਲਣਾ ਕਿ ਇਹ ਨਹੀਂ ਹੈ ਕਿ ਤੁਸੀਂ ਜੋਬ ਚੱਕ ਲਈ ਘਰੇ ਹਜੇ ਤਿਆਰ ਨਹੀਂ ਹੋਏ ਤਾਂ ਤੁਸੀਂ 15 ਮਿੰਟ ਤਿਆਰ ਹੋਣ ਤੋਂ ਲਾ ਦਿੰਦੇ ਹੋ ਤਾਂ ਫਿਰ ਇਹ ਤੁਹਾਡੀ ਜੋਬ ਦਾ ਰਿਸਕ ਆ ਕਿ ਤੁਹਾਡੇ ਰੇਟਿੰਗ ਘਟੂਗੀ ਤਾਂ ਫਿਰ ਤੁਹਾਨੂੰ ਜੋਬ ਘੱਟ ਆਊਗੀ ਹੈ ਨਾ ਕਿਉਂਕਿ ਕਰਦੇ ਆ ਨਾ ਬੰਦੇ ਕਿ ਹਜੇ ਮੈਂ ਬਰੱਸ਼ ਕਰ ਲਾਂ ਜੀ ਫਿਰ ਚੱਕਦਾ ਹੈ ਨਾ ਤਾਂ ਮਤਲਬ ਚਲਾ ਜਾਂਦਾ ਕੋਈ ਨਹੀਂ ਪਰ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਅਤੇ ਜੀ ਹੁਣ ਆ ਗਿਆ ਜੀ ਵੀਡੀਓ ਦਾ ਐਂਡ ਕਰਨ ਦਾ ਟਾਈਮ ਠੀਕ ਹੈ ਕਰ ਦਈਏ ਬਹੁਤ ਪੈਸੇ ਕਮਾ ਲਏ ਠੀਕ ਹੈ ਘੰਟਾ ਕੁ ਅਸੀਂ ਤਾਂ ਵੀਡੀਓ ਬਣਾਉਣ ਲੱਗੇ ਸੀ ਤਾਂ ਜੋਬ ਆ ਗਈਆਂ 3 ਕਰਤੀਆਂ ਤੁਹਾਨੂੰ ਦਿਖਾਈਆਂ ਨਹੀਂ 2 ਠੀਕ ਹੈ ਪਰ ਤੁਹਾਨੂੰ ਉਹ ਦਿਖਾ ਦਿੰਦਾ ਮੈਂ ਟੋਟਲ ਦਿਖਾਈ ਟੋਟਲ ਹਾਂ ਦੇਖੀ ਟੋਟਲ $22 ਠੀਕ ਹੈ ਅਤੇ $22 ਬਣ ਕੇ ਘੁੰਮਦੇ ਫਿਰਦੇ ਤਾਂ ਇਸ ਚੀਜ਼ ਦਾ ਹੀ ਫਾਇਦਾ ਕਿ ਤੁਸੀਂ ਦੂਜੀ ਗੱਲ ਇਹ ਵੀ ਫਾਇਦਾ ਜਿਵੇਂ ਮੈਂ ਵੀ ਬੈਠਾ ਸੀ ਨਾਲ ਠੀਕ ਹੈ ਮੈਂ ਪਿਛਲੀ ਸੀਟ 'ਤੇ ਬਹਿ ਗਿਆ ਸੀ ਕਿਉਂਕਿ ਸਮਾਨ ਜਿਹੜਾ ਮੂਹਰਲੀ ਸੀਟ 'ਤੇ ਥੋੜ੍ਹਾ ਸੇਫ ਰਹਿੰਦਾ ਧਰਿਆ ਹੋਇਆ ਅਤੇ ਵਧੀਆ ਕਿ ਤੁਸੀਂ 2 ਜਣੇ ਹੋ ਤਾਂ ਆਰਾਮ ਨਾਲ ਘੁੰਮਾ ਲਿਆਉਂਦਾ ਸੀ ਨਾਲੇ ਬੰਦਾ ਘੁੰਮਿਆ ਫ੍ਰੀ ਨਾਲੇ ਪੈਸੇ ਬਣਾ ਲੈਂਦੇ ਤਾਂ ਵਧੀਆ ਜਾ ਬਾਈ ਚਲੋ ਅੱਜ ਦੀ ਵੀਡੀਓ ਦਾ ਐਂਡ ਚਲੋ ਜੀ ਅਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਅਤੇ ਜੇ ਅੱਜ ਦੀ ਇਹ ਵੀਡੀਓ ਜਿਹੜੀ ਕਿ ਤੁਹਾਡੀ ਥੋੜ੍ਹੀ ਬਹੁਤ ਜੇ ਹੈਲਪ ਕਰ ਸਕਦੀ ਹੈ ਜਿਨ੍ਹਾਂ ਨੇ ਨਵਿਆਂ ਨੇ ਆਉਣਾ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਚੈਨਲ ਸਾਡਾ